ਸੋ ਬਾਬਾ ਜੀ ਤੁਹਾਡੇ ਲਈ ਇੱਕ ਸ਼ੇਰ ਅਰਜ਼ ਕਰਨ ਜਾ ਰਿਹਾ। ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ, ਸਾਨੂੰ ਗਹਿਰਾਂ ਦੇ ਵਿੱਚ ਰੱਖ ਪਾਵੇ, ਗੁੜ ਵਾਂਗੂ ਮਿੱਠਾ ਤੂੰ ਸਾਡੇ ਲਈ, ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਪਾਵੇ। ਅਸਾਂ ਮੁਰਸ਼ਦ ਤੈਨੂੰ ਮੰਨਿਆ ਹੈ, ਤੂੰ ਖੈਰਾਂ ਦੇ ਵਿੱਚ ਰੱਖ ਪਾਵੇ, ਸਾਨੂੰ ਰੁਤਬਾ ਦੇ ਚਾਂਜਰ ਦਾ ਤੂੰ ਪੈਰਾਂ ਦੇ ਵਿੱਚ ਰੱਖ ਪਾਵੇ। ਸੋ ਜਿਹਨੂੰ ਜਿਹਨੂੰ ਸ਼ੇਰ ਸਮਝ ਆਇਆ, ਦੁਨੀਆਂ ਤੋਂ ਉੱਪਰ ਕਰਕੇ ਤਾੜੀ ਮਾਰਨੀ ਤੇ ਦਾਦਿਆਂ ਨਾਲ ਜੈਕਾਰਾ ਲਗਾਉਣਾ ਹੈ, ਦੋਵਾਂ ਦੋਵੇਂ ਹੱਥ ਉੱਪਰ ਕਰਕੇ, ਜਿਹਨੂੰ ਜਿਹਨੂੰ ਪਿਆਰ ਹੈ ਦਾਦਿਆਂ ਨਾਲ, ਜਿਹਨੂੰ ਜਿਹਨੂੰ ਖੁਸ਼ੀ ਹੈ ਮੇਲੇ ਦੀ, ਕੋਈ ਉੱਪਰ ਹੱਥ ਕਰਕੇ ਤਾੜੀ ਮਾਰੇ। ਸੋ ਕੀ ਕਹਿਣਾ, ਜੈਕਾਰਾ ਦਾਦਾ ਛੱਤਰੀ ਦਾਦੀ ਜੀ ਦਾ ਬੋਲ ਸਾਚੇ ਦਰਬਾਰ ਕੀ। ਲੱਗਦਾ ਨੀਂਦ ਆਉਣ ਲੱਗ ਪਈ, ਠੰਡਾ ਮੌਸਮ ਦੇਖ ਕੇ ਸਾਰਿਆਂ ਨੂੰ, ਜੈਕਾਰਾ ਫੇਰ ਤੁਹਾਡਾ ਠੰਡਾ ਹੋਇਆ, ਗੱਲ ਕੀ ਹੈ, ਜੈਕਾਰਾ ਥੋੜਾ ਉੱਚੀ ਬੋਲਿਆ ਕਰੋ, ਦਾਦਿਆਂ ਨਾਲ ਪਿਆਰ ਨਹੀਂ ਕਰਦੇ ਤੁਸੀਂ। ਜੈਕਾਰਾ ਦਾਦਾ ਛੱਤਰੀ ਦਾਦੀ ਜੀ ਦਾ ਬੋਲ ਸਾਚੇ ਦਰਬਾਰ ਕੀ। ਸੋ ਸਾਡੇ ਦੁਆਬਾ ਟਾਈਮ ਜੈ ਭੀਮ, ਬਹੁਤ ਬਹੁਤ ਤੁਹਾਡਾ ਸਵਾਗਤ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਜੋ ਸਾਡੀਆਂ ਆਵਾਜ਼ਾਂ ਦੇਸਾਂ ਪ੍ਰਦੇਸਾਂ ਵਿੱਚ ਬੈਠੇ ਸਾਡੇ ਭਰਾਵਾਂ ਤੱਕ ਪਹੁੰਚਾ ਰਹੇ ਹਾਂ, ਸੋ ਬਹੁਤ ਪਿਆਰ। ਸੋ ਜ਼ਰਾ ਟਾਈਮ ਨਾ ਲੱਗਾ ਹੋਇਆ, ਅਗਲੀ ਆਵਾਜ਼ ਜਾ ਰਿਹਾ ਤੁਹਾਡੇ ਆਪਣੇ ਨਗਰ ਦਾ ਮਾਣ, ਜਿਹਨੂੰ ਤੁਸੀਂ ਬਹੁਤ ਹੀ ਪਿਆਰ ਦਿੰਦੇ ਹੋ, ਬਹੁਤ ਹੀ ਅਦਬ ਅਦਾਬ ਦੇ ਮਾਲਕ ਸਾਡੇ ਪਿੰਟੂ ਵਸੀ ਜੀ। ਬਹੁਤ ਹੀ ਸੁਰੀਲਾ ਫਨਕਾਰ, ਸੋ ਬਹੁਤ ਹੀ ਪਿਆਰ ਮਿਲਦਾ ਭਰਾਵਾਂ ਕੋਲ ਆ ਕੇ, ਸੋ ਇੱਦਾਂ ਹੀ ਪਿਆਰ ਬਣਿਆ ਰਿਹਾ ਭਰਾਵਾਂ ਦਾ। ਸੋ ਅਗਲੀ ਹਾਜ਼ਰੀ ਤੁਹਾਡੇ ਸਾਹਮਣੇ ਬਣ ਕੇ ਤੁਹਾਡੇ ਨਗਰ ਦਾ ਮਾਣ ਬਿੰਟੂ ਮਸੀ। ਹਲੇ ਹਲੇ ਚੱਚ ਹਲੇ ਚੱਚ ਹਲੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਮਸਤਾਂ ਦੀ, ਔਰ ਆਪ ਸਭ ਨੂੰ ਮੇਰੇ ਵੱਲੋਂ ਦਰਬਾਰ ਦਾਤਾ ਛੱਤਰੀ ਡਾਲੀ ਜੀ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ
ਕਿ ਉਹਨਾਂ ਨੇ ਇੱਥੇ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਆਓ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤੇ ਇੱਕ ਛੋਟਾ ਜਿਹਾ ਜੈਕਾਰਾ ਲਗਾਉਣਾ ਮੇਰੇ ਨਾਲ ਦਾਤਾ ਜੀ ਦੇ ਨਾਂ ਦਾ ਜੈਕਾਰਾ। ਦਾਤਾ ਛਤਰੀ ਟਾਹਲੀ ਵਾਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ, ਬੋਲ ਸੱਚੇ ਦਰਬਾਰ ਕੀ। ਮਤਵਾੜੇ ਖੋਲਣ ਵਾਲੇ ਜਿਹੜਾ ਵੀ
ਲਖਵਿੰਦਰ ਬਰਾਲੀ ਭਾਈ ਦਾ ਗਾਣਾ ਹੋ ਪਹਿਲੀ ਵਾਰੀ ਗਈ ਸਮੇ ਮਸਤਾਂ ਦੇ ਵਿਹੜੇ ਵਿੱਚ ਦੂਜੀ ਵਾਰੀ ਆਈ ਮੇਰੇ ਮਸਤਾਂ ਦੇ ਕਿਹੜੇ ਸਜਾਏ ਨੇ
ਜੇ ਸਾਰਿਆਂ ਨੂੰ ਅੱਛਾ ਲੱਗਾ ਜ਼ੋਰ ਦਾ ਤਾੜੀ ਮਾਰ ਸਕਦੇ ਹੋ। ਚੌਥੇ ਤੋਂ ਸ਼ਬਦ ਨਹੀਂ ਕਰਦੇ ਕਰਕੇ ਮੇਰੇ ਦਿਲ ਦੀਆਂ ਸੱਜਣਾ ਹੋਣ ਕਬੂਲ ਦੁਆਵਾਂ ਰੱਬ ਕਰਕੇ ਮੇਰੇ ਦਿਲ ਦੀਆਂ ਸੱਜਣਾ ਹੋਣ ਕਬੂਲ ਦੁਆਵਾਂ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਮੈਂ ਤੈਨੂੰ ਵੇਖੀ ਜਾਵਾਂ ਤੂੰ ਮੈਨੂੰ ਵੇਖੀ ਜਾਵੇ ਮੈਂ ਤੈਨੂੰ ਵੇਖੀ
ਔਰ ਇੱਕ ਛੋਟਾ ਜਿਹਾ ਕਲਾਮ ਮੈਂ ਔਰ ਗਾਊਂਗਾ। ਇਸ ਇਹ ਲਾਸਟ ਹੈ ਮੇਰੀ, ਲਾਸਟ ਕਲਾਮ ਮੈਂ ਗਾਊਂਗਾ। ਪਹਿਲੇ ਤੋਂ ਭੈਰ ਵੀ ਕਰਿਓ ਸਨਮਾਨ ਸਨਮਾਨ ਸਾਡੇ ਬਿੰਟੂ ਮਸੀਹ ਜੀ, ਇਹ ਕਰਤਾਰੀਆਂ ਲਾ ਰਹੇ ਦੋਵੇਂ ਹੱਥ ਉੱਪਰ ਕਰਕੇ। ਔਰ ਮੈਂ ਡਾਕਟਰ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦਾ ਮੈਂ ਸੌਂਗ ਗਾਇਆ ਸੀ, ਰਿਕਾਰਡ ਕਰਾਏ ਸੀ ਦੋ ਸੌਂਗ, ਉਹ 'ਚੋਂ ਮੈਂ ਇੱਕ ਸਥਾਈ ਅੰਤਰਾ ਤੁਹਾਨੂੰ ਸੁਣਾਉਣਾ। ਔਰ ਜੋ ਸੌਂਗ ਜੋ ਲਿਖਿਆ ਹੋਇਆ ਕੰਪੋਜ਼ ਕੀਤਾ ਮੇਰਾ ਬ੍ਰਦਰ ਸੇਮੀ ਬਰੋ ਨੇ ਲਿਖਿਆ ਪਹਿਲਾਂ। ਗੁਲਾਮੀ ਨੇ ਜਦੋਂ ਨੇਰ ਸੀ ਪਾਇਆ ਡੁੱਬਦੀ ਹੋਈ ਕੌਮ ਨੂੰ ਕਿਨਾਰੇ ਲਾ ਗਿਆ ਹੱਕ
ਸੱਚ ਲਈ ਲੰਗ ਲੰਗ ਹੱਕ ਸੱਚ ਲਈ ਹੱਕ ਸੱਚ ਲਈ ਹੱਕ ਸੱਚ ਲਈ ਹੱਕ ਸੱਚ ਲਈ ਲੜਨਾ ਬਾਬਾ ਸਾਹਿਬ ਸਿਖਾ ਗਿਆ 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 ਭੁੱਲਣਾ ਨਹੀਂ ਬਾਬਾ ਸਾਹਿਬ ਨੇ ਜੋ ਇੱਕ ਸੌਂਗ ਮੇਰਾ ਬ੍ਰਦਰ ਅਨੁਪਲੰਦ ਗਾਉਣਾ ਚਾਹੁੰਦਾ ਹੁੰਦਾ ਹਲੇ ਹਲੇ ਪੰਜਵੇਂ ਕਾਲੇ ਤੋਂ ਏ ਸ਼ਰ ਮੇਜਰ ਰੱਖ ਲਓ ਦੂਗੇ ਦੋ ਰਹਿੰਦੋ ਬਦਲ ਗਏ ਤੂੰ ਕਹਿੰਦਾ ਰਹਿੰਦਾ ਬਦਲ ਗਏ ਉਹ ਇੱਕ ਮੋੜ ਤੇ ਹੁਣ ਖੋਲੋਗੇ ਤੂੰ ਕਹਿੰਦਾ ਰਹਿੰਦਾ ਬਦਲ ਗਏ ਤੂੰ ਕਹਿੰਦਾ ਰਹਿੰਦਾ ਬਦਲ ਗਏ ਇੱਕ ਮੋੜ ਤੇ ਹੁਣ ਖੋਲੋਗੇ ਅਸੀਂ ਬਦਲੇ ਨਹੀਂ ਅਸੀਂ ਬਦਲੇ ਨਹੀਂ ਅਸੀਂ ਤੇਰੇ ਬਣ ਗਏ ਹੋਗੇ ਉਹ ਅਸੀਂ ਬਦਲੇ ਨਹੀਂ ਹੋੜ ਬਦਲੇ ਨਹੀਂ ਅਸੀਂ ਤੇਰੇ ਬਣ ਗਏ ਹੋਗੇ
ਤੂੰ ਕਹਿੰਦਾ ਰਹਿੰਦਾ ਬਦਲ ਗਏ, ਤੂੰ ਕਹਿੰਦਾ ਰਹਿੰਦਾ ਬਦਲ ਗਏ, ਇੱਕ ਮੋੜ ਤੇ ਆਉਣ ਖੋਲੋ ਗਏ, ਉਹ ਅਸੀਂ ਬਦਲੇ ਨਹੀਂ, ਹੋੜ ਬਦਲੇ ਨਹੀਂ, ਅਸੀਂ ਤੇਰੇ ਬਦਲ ਗਏ ਹੋ ਗਏ। ਥੋੜਾ ਜਿਹਾ ਝੂਠ ਵੀ ਬੋਲੀ ਦੋ, ਗੱਲਾਂ ਵਿੱਚ ਸ਼ਰਦ ਵੀ ਬੋਲੀ ਬਾਬਾ, ਥੋੜਾ ਜਿਹਾ ਝੂਠ ਵੀ ਬੋਲੀ ਦੋ, ਗੱਲਾਂ ਵਿੱਚ ਸ਼ਰਦ ਵੀ ਬੋਲੀ ਦੋ, ਹੁਣੇ ਔਖੇ ਲੱਗ ਕੇ ਦਿਲ ਦੇ ਵੀ ਨਾ ਟੇਕ ਕੋਈ ਵੀ ਖੋਲੀ ਦੋ, ਦਿਲੇ ਔਖੇ ਲੱਗ ਕੇ ਵੀ ਨਾ ਕੋਈ ਟੇਕ ਵੀ ਖੋਲੀ ਦੋ, ਅਸੀਂ ਸਬਰਾਂ ਦੇ ਗੁੱਡ ਭਰ ਭਰ ਕੇ, ਅਸੀਂ ਸਬਰਾਂ ਦੇ ਗੁੱਡ ਭਰ ਭਰ ਕੇ ਦੁੱਖ ਸਹਿਣ ਦੇ ਵਧੀ ਹੋ ਗਏ, ਅਸੀਂ ਬਦਲੇ ਨਹੀਂ, ਹੜਾ ਬਦਲੇ ਨਹੀਂ, ਅਸੀਂ ਤੇਰੇ ਭੈਗੇ ਹੋ ਗਏ, ਅਸੀਂ ਬਦਲੇ ਨਹੀਂ, ਹੜਾ ਬਦਲੇ ਨਹੀਂ, ਅਸੀਂ ਤੇਰੇ ਭੈਗੇ ਹੋ ਗਏ। ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ, ਮੇਰਾ ਭਰਾ ਬਹੁਤ ਮਿਹਨਤ ਕਰਦਾ। ਅਤੇ ਇੱਕ ਮੈਂ ਗੁਰੂ ਮਹਾਰਾਜ ਜੀ ਦਾ ਹੁਕਮ ਹੋਇਆ ਭਾਅ ਜੀ ਨੂੰ, ਮੈਂ ਥੋੜ੍ਹਾ ਜਿਹਾ ਭਾਅ ਜੀ ਨੂੰ ਸੁਣਾਉਂਦਾ। ਮੁੱਲਣਾ ਕੋਈ ਲੱਗੇ ਨਾਮ ਲੈਣਾ ਚਾਹੀਦਾ, ਮੁੱਲਣਾ ਕੋਈ ਲੱਗੇ ਨਾਮ ਲੈਣਾ ਚਾਹੀਦਾ, ਜੈ ਗੁਰੂ ਰਵਿਦਾਸ ਕਹਿਣਾ ਚਾਹੀਦਾ, ਜੈ ਗੁਰੂ ਰਵਿਦਾਸ ਕਹਿਣਾ ਚਾਹੀਦਾ, ਮੁੱਲਣਾ ਕੋਈ ਲੱਗੇ ਨਾਮ ਲੈਣਾ ਚਾਹੀਦਾ, ਰਸਨਾ ਤੋਂ ਬੋਲ ਤੇ ਨਜ਼ਰਿਆ ਚਰੇ, ਗੁਰੂ ਨਾਮ ਵਾਲਿਆ ਹੂੰ ਲਾ ਰਿਹਾ ਚਰੇ, ਤੂੰ 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 ਹੂੰ ਲਾ ਰਿਹਾ ਚਰੇ, ਰਸਨਾ ਤੋਂ ਬੋਲ ਤੇ ਨਜ਼ਰਿਆ ਚਰੇ, ਗੁਰੂ ਨਾਮ ਵਾਲਿਆ ਹੂੰ ਲਾ ਰਿਹਾ ਚਰੇ, ਤੂੰ ਹੂੰ ਲਾ ਰਿਹਾ ਚਰੇ, ਤੂੰ ਹੂੰ ਲਾ ਰਿਹਾ ਚਰੇ, ਐਸੇ ਹੀ ਖੁਮਾਰੀ, ਐਸੇ ਹੀ ਖੁਮਾਰੀ ਵਿੱਚ ਰਹਿਣਾ ਚਾਹੀਦਾ, ਇੰਨੀ ਹਾਜ਼ਰੀ ਕਬੂਲ ਕਰਿਓ ਸਾਰਿਆਂ ਨੂੰ, ਜੈ ਮਸਤਾਨੀ।
ਬਹੁਤ ਬਹੁਤ ਧੰਨਵਾਦੀ ਹਾਂ ਜੀ। ਪਿੰਟੂ ਮਸੀਹ ਹੁਣਾਂ ਦੇ ਸਾਡੇ ਪਿੰਡ ਦੇ ਹੀਰੇ ਨੌਜਵਾਨ, ਬਹੁਤ ਹੀ ਵਧੀਆ ਗਾਇਕੀ ਜਿਨ੍ਹਾਂ ਨੇ ਪੇਸ਼ ਕੀਤੀ ਹੈ ਪਿੰਟੂ ਮਸੀਹ।